ਰੈਡੀ ਪਿਛਲੇ ਦਿਨੀ ਨੀਤੀ ਆਜੋਗ ਦੀ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਮਿਆਂ ਤੋਂ ਦੁਹਰਾਈ ਜਾਂਦੀ ਮੰਗ ਕਿ ਕੁਝ ਹੋਰ ਫਸਲਾਂ ਨੂੰ ਵੀ ਘੱਟੋ-ਘੱਟ ਸਮਰਥਨ ਮੁੱਲ ਨਾਲ ਖਰੀਦਿਆ ਜਾਵੇ ਨੂੰ ਫੇਰ ਦੁਹਰਾਇਆ ਹੈ ਡੰਡੀ ਇਸ ਦਾ ਸਿੱਟਾ ਕੀ ਨਿਕਲੇਗਾ ਇਹ ਤਾਂ ਸਮੇਂ ਨਾਲ ਪਤਾ ਲੱਗੇਗਾ ਪਰ ਇਹ ਸਵਾਲ ਉਠਣਾ ਸੁਭਾਵਿਕ ਹੈ ਕਿ ਪੰਜਾਬ ਸਰਕਾਰ ਆਪਣੇ ਕੋਲੋਂ ਸਮਰਥਨ ਮੁੱਲ ਦੇ ਕੇ ਉਸ ਮੁੱਲ ਉੱਤੇ ਉਹ ਫਸਲਾਂ ਨਹੀਂ ਖਰੀਦ ਸਕਦੀ? ਪ੍ਰਸ਼ਨ ਚਿੰਨ ਇੱਥੇ ਕੇਰਲਾ ਵਿੱਚ ਸਬਜ਼ੀਆਂ ਦੀ ਖਰੀਦ ਦਾ ਖਰੀਦ ਮਾਡਲ ਸਾਹਮਣੇ ਆਇਆ ਹੈ ਜਿਸ ਵਿੱਚ ਕੇਰਲਾ ਨੇ ਉੱਥੇ ਪੈਦਾ ਹੋਣ ਵਾਲੀਆਂ 16 ਸਬਜ਼ੀਆਂ ਲਈ ਘੱਟੋ-ਘੱਟ ਖਰੀਦ ਮੁੱਲ ਦੀ ਗਾਰੰਟੀ ਦਿੱਤੀ ਹੈ ਦੰਦੀ ਪੰਜਾਬ ਵਿੱਚ ਖੇਤੀ ਖੇਤਰ ਦੀ ਮਹੱਤਤਾ ਇਸ ਕਰਕੇ ਵੀ ਜ਼ਿਆਦਾ ਹੈ ਕਿ ਪ੍ਰਾਂਤ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਖੇਤੀ ਦਾ ਹਿੱਸਾ 30% ਦੀ ਹੈ ਜਦੋਂ ਕਿ ਦੇਸ਼ ਭਰ ਵਿੱਚ ਇਹ ਇਸ ਤੋਂ ਅੱਧਾ 14% ਦੇ ਹੈ ਦੰਡੇ ਪੰਜਾਬ ਦੀ 50% ਦੀ ਤੋਂ ਜ਼ਿਆਦਾ ਬਸੋਂ ਅਜੇ ਵੀ ਖੇਤੀ ਉੱਤੇ ਨਿਰਪਰ ਹੈ ਅਤੇ ਖੇਤੀ ਤੋਂ ਹੀ ਬ੍ਰਾਹਮੜ ਦੀਆਂ ਸੁਭਾਵਨਾਵਾਂ ਅਤੇ ਖੇਤੀ ਆਧਾਰਤ ਉਦਯੋਗਾਂ ਦੇ ਵਿਕਸਿਤ ਹੋਣ ਦੀ ਉਮੀਦ ਹੈ ਜਿਸ ਲਈ ਵਰਤਮਾਨ ਫਸਲ ਚੱਕਰ ਨੂੰ ਬਦਲ ਕੇ ਨਵਾਂ ਫਸਲ ਚੱਕਰ ਅਪਣਾਉਣਾ ਇਸ ਦੀ ਮੁਢਲੀ ਲੋੜ ਹੈ ਡੰਡੀ ਜੇ 1967 68 ਤੋਂ ਬਾਅਦ ਦੇ ਹਰੇ ਇਨਕਲਾਬ ਵੱਲ ਝਾਤ ਮਾਰੀਏ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਹਰੇ ਇਨਕਲਾਬ ਦਾ ਸਭ ਤੋਂ ਵੱਧ ਪਰਵਾਬ ਰੈਡੀ ਪੰਜਾਬ ਵਿੱਚ ਹੀ ਕਬੂਲਿਆ ਗਿਆ ਸੀ ਜਿਸ ਨੇ ਦੇਸ਼ ਦਾ ਸਿਰਫ 1.5 ਫੀਸਦੀ ਖੇਤਰ ਹੋਣ ਦੇ ਬਾਵਜੂਦ ਦੇਸ਼ ਦੇ ਅਨਾਜ ਭੰਡਾਰਾਂ ਵਿੱਚ 60% ਦੀ ਤੱਕ ਦਾ ਯੋਗਦਾਨ ਪਾਇਆ ਸੀ ਦੰਡੀ 1967-68 ਵਿੱਚ ਪੰਜਾਬ ਦੀ ਮੁੱਖ ਫਸਲ ਕਣਕ ਸਿਰਫ 17.90 ਲੱਖ ਹੈਕਟੇਅਰ ਉੱਤੇ ਬੀਜੀ ਜਾਂਦੀ ਸੀ ਅਤੇ ਕੁੱਲ ਉਤਪਾਦਨ ਸਿਰਫ 33.35 ਲੱਖ ਟਨ ਸੀ ਡੰਡੀ ਭਾਵੇਂ ਕਿ ਹਰੇ ਇਨਕਲਾਬ ਦੇ ਸਹਾਇਕ ਹੋਰ ਤੱਤ 20 ਸਨ ਪਰ ਇਹ ਸਿਰਫ ਕਣਕ ਦੀ ਸਰਕਾਰੀ ਖਰੀਦ ਹੀ ਇੱਕੋ ਇੱਕ ਉਹ ਤਾਂ ਸੀ ਜਿਸ ਕਰਕੇ 2021 ਤੱਕ ਕਣਕ ਦਾ ਖੇਤਰ ਦੁੱਗਣਾ ਹੋ ਕੇ 35.30 ਲੱਖ ਹੈਕਟੇਅਰ ਹੋ ਗਿਆ ਸੀ ਡੰਡੀ ਪਰ ਉਤਪਾਦਨ 6 ਗੁਣਾ ਵੱਧ ਕੇ 1.77 ਕਰੋੜ ਟਨ ਹੋ ਗਿਆ ਡੰਡੀ ਝੋਨਾ ਪੰਜਾਬ ਦੀ ਰਵੈਤੀ ਫਸਲ ਨਹੀਂ ਸੀ ਅਤੇ 1967-68 ਤੱਕ ਵੀ ਸਿਰਫ 3.14 ਲੱਖ ਹੈਕਟੇਅਰ ਉੱਤੇ ਹੀ ਇਹ ਲਾਇਆ ਜਾਂਦਾ ਸੀ ਪਰ ਇਸ ਦੇ ਯਕੀਨੀ ਮੰਡੀਕਰਨ ਕਰਕੇ 2020-21 ਤੱਕ ਇਸ ਦਾ ਖੇਤਰ ਵਧ ਕੇ 31.4 ਲੱਖ ਹੈਕਟੇਅਰ ਹੋ ਗਿਆ ਜਦੋਂ ਕਿ ਇਸੇ ਹੀ ਸਮੇਂ ਵਿੱਚ ਇਸ ਦਾ ਉਤਪਾਦਨ 6.23 ਲੱਖ ਟਨ ਤੋਂ ਵੱਧ ਕੇ 2.08 ਕਰੋੜ ਟਨ ਹੋ ਗਿਆ ਪਰ ਇਸ ਦੀ ਵੱਡੀ ਲਾਗਤ ਵਾਤਾਵਰਨ ਦੀ ਖਰਾਬੀ ਹਵਾ ਪਾਣੀ ਅਤੇ ਧਰਤੀ ਦੇ ਪ੍ਰਦੂਸ਼ਣ ਪਾਣੀ ਦੀ ਸਤਾ ਦੇ 150 ਫੁੱਟ ਤੱਕ ਡੂੰਗਾ ਹੋਣ ਅਤੇ ਵੱਡੀ ਪੱਧਰ ਵਿੱਚ ਰਸਾਇਣਾ ਉੱਤੇ ਨਿਰਪਰ ਹੋਣ ਦੇ ਰੂਪ ਵਿੱਚ ਅਦਾ ਕਰਨੀ ਪਈ ਡੰਡੀ